ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਵੱਲੋਂ ਹੀ ਲੁੱਟ ਦੀ ਨੀਅਤ ਦੇ ਨਾਲ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਉਸ ਔਰਤ ਦੇ ਉੱਤੇ ਕੀਤੇ ਗਏ ਨੇ, ਜਿਸ ਦੇ ਕਾਰਨ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਤਾਂ ਖੰਨਾ ਦੇ ਉੱਚ ਵੇੜਾ ਇਲਾਕੇ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ 65 ਸਾਲਾ ਔਰਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਮ੍ਰਿਤਕ ਦੀ ਪਹਿਚਾਣ ਜੋ ਹੈ ਕਮਲੇਸ਼ ਰਾਣੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਵੇਲੇ ਜੋ ਮਹਿਲਾ ਸੀ ਉਹ ਘਰ ਦੇ ਵਿੱਚ ਇਕੱਲੀ ਸੀ ਅਤੇ ਉਸਦੇ ਦੋਨੋਂ ਪੁੱਤਰ ਕੰਮ ਤੇ ਗਏ ਹੋਏ ਸਨ। ਮ੍ਰਿਤਕਾ ਦੇ ਜਵਾਈ ਵਿਸ਼ਾਲ ਨੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਉਸਦੇ ਦੋਨੋਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ ਅਤੇ ਉਹ 7 ਵਜੇ ਘਰ ਗਏ ਤਾਂ ਉਹਨਾਂ ਨੇ ਦੇਖਿਆ ਕਿ ਜੋ ਔਰਤ ਹੈ ਉਹ ਘਰ ਦੇ ਵਿੱਚ ਇਕੱਲੀ ਸੀ ਅਤੇ ਬੜੀ ਬੇਰਹਿਮੀ ਦੇ ਨਾਲ ਕਤਲ ਕਰਕੇ ਲੁੱਟ ਕੀਤੀ ਗਈ ਸੀ। ਤਾਂ CCTV ਕੈਮਰੇ ਜਦੋਂ ਆਲੇ ਦੁਆਲੇ ਦੇ ਚੈੱਕ ਕੀਤੇ ਤਾਂ ਉਸਦੇ ਵਿੱਚ ਦੇਖਿਆ ਤਾਂ ਇੱਕ ਔਰਤ ਘਰ ਦੇ ਵਿੱਚ ਵੜਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਸਦੇ ਉੱਪਰ ਹੀ ਇਹ ਇਲਜ਼ਾਮ ਲਗਾਏ ਗਏ ਨੇ ਕਿ ਇਸ ਔਰਤ ਨੇ ਹੀ ਉਸ ਔਰਤ ਦਾ ਕਤਲ ਕੀਤਾ। ਫਿਲਹਾਲ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਜਿਸ ਔਰਤ ਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸਦੀ ਵੀ ਪਹਿਚਾਣ ਕਰ ਲਈ ਗਈ ਹੈ ਤੇ ਜਲਦ ਹੀ ਉਸਨੂੰ ਕਾਬੂ ਵੀ ਕਰ ਲਿਆ ਜਾਵੇਗਾ। ਮੈਨੂੰ 12 ਵਜੇ ਫੋਨ ਆਈ ਹੈ ਜੀ, ਬ੍ਰਦਰ ਇਨ ਲੋ ਦਾ ਫੋਨ ਆਇਆ ਵੀ ਮੈਂ ਘਰ ਆਇਆ, ਮੰਮੀ ਮੇਰੀ ਹੈ ਨਹੀਂ ਗੀ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮੈਂ ਅਹਿਮਦਗੜ੍ਹ ਤੋਂ ਨਾਲ ਹੀ ਚੱਲ ਪਿਆ, 1 ਵਜੇ ਮੈਂ ਉਰੇ ਪਹੁੰਚਿਆ, ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ, ਲੁੱਟ ਖੋਹ ਵੀ ਹੋਈ ਹੈ। ਜੋ ਉਹਨਾਂ ਦੇ ਗੋਲਡ ਪਾਇਆ ਸੀ ਸਾਰਾ ਕੁਛ ਲੈ ਗਿਆ, ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਏ ਘਰ ਦਾ। ਹਾਂਜੀ, ਇਹ ਇਕੱਲੇ ਹੁੰਦੇ ਸੀ ਰਾਤ ਨੂੰ, ਮਤਲਬ ਬੇਟੇ ਸ਼ੋਪ 'ਤੇ ਜਾਂਦੇ ਸੀ, ਬਸ ਉਹਨਾਂ ਨੇ ਆ ਕੇ ਦੇਖਿਆ। 7 ਕੁ ਵਜੇ ਸ਼ੋਪ 'ਤੇ ਗਏ ਨੇ, ਬਸ ਉਸ ਤੋਂ ਬਾਅਦ ਅਸੀਂ ਹੁਣ ਕੈਮਰੇ CCTV ਫੁਟੇਜ ਕਢਾਈ ਆ, ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ, ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ, ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਹੈ। ਆਂਟੀ ਕਮਲੇਸ਼ ਰਾਣੀ, 65 ਸਾਲ, ਬੱਚੇ ਕੀ ਕੰਮ ਕਰਦੇ? ਫਾਸਟ ਫੂਡ ਦਾ ਕੰਮ ਹੈ ਜੀ, GTB ਮਾਰਕੀਟ। ਦੇਖੋ, ਸਾਡੇ ਕੋਲ ਇੰਟੀਮੇਸ਼ਨ ਆਈ ਹੈ ਕਮਲੇਸ਼ ਰਾਣੀ ਨਾਂ ਦੀ ਲੇਡੀ ਦਾ ਜਿਹੜਾ ਹੈਗਾ ਮਰਡਰ ਹੋਇਆ। ਸੋ ਅਸੀਂ ਮੇਰੇ ਸਾਰੇ ਸੀਨੀਅਰ ਔਫਿਸਰ ਜਿਹੜੇ ਹੈਗੇ ਅਸੀਂ ਮੌਕੇ 'ਤੇ ਆਏ ਹਾਂ। ਜੋ ਮੌਕੇ 'ਤੇ ਆ ਕੇ ਜਿਹੜੀ ਮੁੱਢਲੀ ਪੜਤਾਲ ਤੋਂ ਪਾਇਆ ਗਿਆ ਸ਼ਾਨ ਅਬਾਸ ਨਾਂ ਦੀ ਲੜਕੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਿਆ। ਸੋ ਸਾਡੀ ਤਫਤੀਸ਼ ਅਜੇ ਜਾਰੀ ਹੈ, ਬਾਕੀ ਜਿਹੜੇ ਜੋ ਵੀ ਹੋਊਗੀ ਤੁਹਾਡੇ ਨਾਲ ਬਾਅਦ ਸ਼ੇਅਰ ਕੀਤਾ ਜਾਵੇਗਾ। ਹੋਰ ਵੀ ਸੀ ਕੋਈ ਹਵਾਲ ਦੀ ਘੜੀ ਅਜੇ ਤੱਕ? ਇੱਕ ਜਣੀ ਹੈ, ਬਾਕੀ ਤਫਤੀਸ਼ ਦੌਰਾਨ ਜੋ ਕੋਈ ਚੀਜ਼ ਆਈ ਤੁਹਾਨੂੰ ਦੱਸਾਂਗੇ। ਘਰ ਦੇ ਵਿੱਚ ਵੜ ਕੇ ਇੱਕ ਔਰਤ ਦੇ ਵੱਲੋਂ ਹੀ ਲੁੱਟ ਦੀ ਨੀਅਤ ਦੇ ਨਾਲ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਉਸ ਔਰਤ ਦੇ ਉੱਤੇ ਕੀਤੇ ਗਏ ਨੇ, ਜਿਸ ਦੇ ਕਾਰਨ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਤਾਂ ਖੰਨਾ ਦੇ ਉੱਚ ਵੇੜਾ ਇਲਾਕੇ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ 65 ਸਾਲਾ ਔਰਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਮ੍ਰਿਤਕ ਦੀ ਪਹਿਚਾਣ ਜੋ ਹੈ ਕਮਲੇਸ਼ ਰਾਣੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਵੇਲੇ ਜੋ ਮਹਿਲਾ ਸੀ ਉਹ ਘਰ ਦੇ ਵਿੱਚ ਇਕੱਲੀ ਸੀ ਅਤੇ ਉਸਦੇ ਦੋਨੋਂ ਪੁੱਤਰ ਕੰਮ ਤੇ ਗਏ ਹੋਏ ਸਨ। ਮ੍ਰਿਤਕਾ ਦੇ ਜਵਾਈ ਵਿਸ਼ਾਲ ਨੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਉਸਦੇ ਦੋਨੋਂ ਸਾਲੇ ਫਾਸਟ ਫੂਡ ਦਾ ਕੰਮ ਕਰਦੇ ਹਨ ਅਤੇ ਉਹ 7 ਵਜੇ ਘਰ ਗਏ ਤਾਂ ਉਹਨਾਂ ਨੇ ਦੇਖਿਆ ਕਿ ਜੋ ਔਰਤ ਹੈ ਉਹ ਘਰ ਦੇ ਵਿੱਚ ਇਕੱਲੀ ਸੀ ਅਤੇ ਬੜੀ ਬੇਰਹਿਮੀ ਦੇ ਨਾਲ ਕਤਲ ਕਰਕੇ ਲੁੱਟ ਕੀਤੀ ਗਈ ਸੀ। ਤਾਂ CCTV ਕੈਮਰੇ ਜਦੋਂ ਆਲੇ ਦੁਆਲੇ ਦੇ ਚੈੱਕ ਕੀਤੇ ਤਾਂ ਉਸਦੇ ਵਿੱਚ ਦੇਖਿਆ ਤਾਂ ਇੱਕ ਔਰਤ ਘਰ ਦੇ ਵਿੱਚ ਵੜਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਸਦੇ ਉੱਪਰ ਹੀ ਇਹ ਇਲਜ਼ਾਮ ਲਗਾਏ ਗਏ ਨੇ ਕਿ ਇਸ ਔਰਤ ਨੇ ਹੀ ਉਸ ਔਰਤ ਦਾ ਕਤਲ ਕੀਤਾ। ਫਿਲਹਾਲ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਜਿਸ ਔਰਤ ਦੇ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸਦੀ ਵੀ ਪਹਿਚਾਣ ਕਰ ਲਈ ਗਈ ਹੈ ਤੇ ਜਲਦ ਹੀ ਉਸਨੂੰ ਕਾਬੂ ਵੀ ਕਰ ਲਿਆ ਜਾਵੇਗਾ।
ਮੈਨੂੰ 12 ਵਜੇ ਫੋਨ ਆਈ ਹੈ ਜੀ, ਬ੍ਰਦਰ ਇਨ ਲਾਅ ਦਾ ਫੋਨ ਆਇਆ ਵੀ ਮੈਂ ਘਰ ਆਇਆ, ਮੰਮੀ ਮੇਰੀ ਹੈ ਨਹੀਂ ਗਈ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮੈਂ ਅਹਿਮਦਗੜ੍ਹ ਤੋਂ ਨਾਲ ਹੀ ਚੱਲ ਪਿਆ, 1 ਵਜੇ ਮੈਂ ਉਰੇ ਪਹੁੰਚਿਆ, ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ, ਲੁੱਟ ਖੋਹ ਵੀ ਹੋਈ ਹੈ, ਜੋ ਉਹਨਾਂ ਦੇ ਗੋਲਡ ਪਾਇਆ ਸੀ ਸਾਰਾ ਕੁਛ ਲੈ ਗਿਆ, ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਏ ਘਰ ਦਾ। ਹਾਂਜੀ, ਇਹ ਇਕੱਲੇ ਹੁੰਦੇ ਸੀ ਰਾਤ ਨੂੰ, ਮਤਲਬ ਬੇਟੇ ਸ਼ੋਪ 'ਤੇ ਜਾਂਦੇ ਸੀ, ਬਸ ਉਹਨਾਂ ਨੇ ਆ ਕੇ ਦੇਖਿਆ। ਹਾਂ, 7 ਵਜੇ ਸ਼ੋਪ 'ਤੇ ਗਏ ਨੇ, ਬਸ ਉਦੋਂ ਬਾਅਦ ਅਸੀਂ ਹੁਣ ਕੈਮਰੇ CCTV ਫੁਟੇਜ ਕਢਾਈ ਆ, ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ, ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ, ਉਹ ਐਂਟਰ ਹੋਈ ਆ ਘਰ ਦੇ ਵਿੱਚ, ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਹੈ। ਕੀ ਨਾਮ ਸੀ ਆਂਟੀ? ਆਂਟੀ ਜੀ ਕਮਲੇਸ਼ ਰਾਣੀ, 65 ਸਾਲ। ਬੱਚੇ ਕੀ ਕੰਮ ਕਰਦੇ? ਫਾਸਟ ਫੂਡ ਦਾ ਕੰਮ ਹੈ ਜੀ। ਕਿੱਥੇ? GTV ਮਾਰਕੀਟ। ਸਰਟੀਮੀਟਰ ਜਿਹੜਾ ਮਰਡਰ ਹੋਇਆ, ਦੇਖੋ ਸਾਡੇ ਕੋਲ ਇੰਟੀਮੇਸ਼ਨ ਆਈ ਹੈ ਕਮਲੇਸ਼ ਰਾਣੀ ਨਾਂ ਦੀ ਲੇਡੀ ਦਾ ਜਿਹੜਾ ਹੈਗਾ ਮਰਡਰ ਹੋਇਆ। ਸੋ ਅਸੀਂ, ਮੇਰੇ ਸਾਰੇ ਸੀਨੀਅਰ ਔਫਿਸਰ ਜਿਹੜੇ ਹੈਗੇ, ਅਸੀਂ ਮੌਕੇ 'ਤੇ ਆਏ ਹਾਂ, ਜੋ ਮੌਕੇ 'ਤੇ ਆ ਕੇ ਜਿਹੜੀ ਮੁੱਢਲੀ ਪੜਤਾਲ ਤੋਂ ਪਾਇਆ ਗਿਆ, ਸ਼ਾਨ ਅਬਾਸ ਨਾਂ ਦੀ ਲੜਕੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਿਆ। ਸੋ ਸਾਡੀ ਤਫਤੀਸ਼ ਅਜੇ ਜਾ ਰਹੀ ਹੈ, ਬਾਕੀ ਜਿਹੜੇ ਜੋ ਵੀ ਹੋਊਗੀ ਤੁਹਾਡੇ ਨਾਲ ਬਾਅਦ ਸ਼ੇਅਰ ਕੀਤਾ ਜਾਵੇਗਾ। ਹੋਰ ਵੀ ਸੀ ਕੋਈ ਹਵਾਲ ਦੀ ਘੜੀ ਅਜੇ ਤੱਕ ਇੱਕ ਜਣੀ ਹੈ, ਬਾਕੀ ਤਫਤੀਸ਼ ਦੌਰਾਨ ਜੋ ਕੋਈ ਚੀਜ਼ ਆਈ ਤੁਹਾਨੂੰ ਦੱਸਾਂਗੇ।